ਦਾ ਵੇਚਣਾ ਲੁਧਿਆਣਾ ਦੀ ਮਹਿਲਾ ਨੂੰ ਪਿਆ ਮਹਿੰਗਾ। ਮਹਿਲਾ ਹੋਈ ਆਨਲਾਈਨ ਠੱਗ ਦੀ ਸ਼ਿਕਾਰ। ਠੱਗ ਨੇ ਮਹਿਲਾ ਦੇ ਅਕਾਊਂਟ ਚੋਂ ਕੱਢੇ 48,000 ਰੁਪਏ। ਲੁਧਿਆਣੇ ਦੀ ਮਹਿਲਾ ਖੁਸ਼ਵਿੰਦਰ ਕੌਰ ਨੇ ਦੱਸਿਆ ਕਿ ਉਸਨੇ ਆਨਲਾਈਨ ਲਹਿੰਗਾ ਵੇਚਣ ਲਈ ਪਾਇਆ ਸੀ, ਜਿੱਥੇ ਇੱਕ ਵਿਅਕਤੀ ਨੇ ਲਹਿੰਗਾ ਖਰੀਦਣ ਲਈ ਮਹਿਲਾ ਤੋਂ QR ਕੋਡ ਮੰਗਵਾ ਕੇ ਹੈਕ ਕਰਕੇ ਮਹਿਲਾ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਲਿਆ ਅਤੇ ਮਹਿਲਾ ਦੇ ਅਕਾਊਂਟ ਚੋਂ 48,000 ਰੁਪਏ ਕੱਢ ਲਏ। ਇਸ ਤੋਂ ਬਾਅਦ ਤੁਰੰਤ ਮਹਿਲਾ ਨੇ ਸਾਈਬਰ ਸੈੱਲ ਨੂੰ ਇਸ ਦੀ ਸ਼ਿਕਾਇਤ ਦਿੱਤੀ ਅਤੇ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਉਹਦੇ ਚੰਦ ਵਿਅਕਤੀ ਦੇ ਮੈਨੂੰ ਕਾਲ ਆਈ ਤੇ ਉਸਨੇ ਮੈਨੂੰ ਕਿਹਾ ਕਿ ਉਸਨੇ ਲਹਿੰਗਾ ਬਹੁਤ ਪਸੰਦ ਆਇਆ। ਉਸਨੇ ਮੇਰੇ ਤੋਂ ਸਕੈਨਰ ਮੰਗਵਾਇਆ ਗੂਗਲ ਪੇ ਤੇ, ਉਹਨੇ ਮੈਨੂੰ ਪਹਿਲਾਂ 10 ਰੁਪਏ ਪਾਏ ਤੇ ਫਿਰ ਉਹਨੇ ਮੈਨੂੰ ਪੁੱਛਿਆ ਕਿ ਪੇਮੈਂਟ ਆਈ, ਤੇ ਜਦ ਮੈਂ ਉਹਨੂੰ ਕਿਹਾ ਹਾਂ ਪੇਮੈਂਟ ਆਈ ਤਾਂ ਉਸਨੇ ਫਿਰ ਦੁਬਾਰਾ ਮੈਨੂੰ ਸਕੈਨਰ ਭੇਜਿਆ। ਜਦ ਮੈਂ ਸਕੈਨ ਕੀਤਾ ਤੇ ਮੇਰੀ 2 ਵਾਰ ਡੈਬਿਟ ਕਰਕੇ 48,000 ਕੱਟੀ ਗਈ। ਮੈਂ ਉਸੇ ਰਾਤ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਉਹਦੇ ਚੰਦ ਨਾਮ ਤੇ ਵਿਅਕਤੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਤੇ ਅੱਜ ਮੈਂ ਕਮਿਸ਼ਨਰ ਦਫ਼ਤਰ ਦਰਖਾਸਤ ਦੇ ਕੇ ਆਈ ਹਾਂ ਤੇ ਸਰਕਾਰ ਨੂੰ ਬੇਨਤੀ ਆ, ਸਰਕਾਰ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਉਸ ਬੰਦੇ ਦੇ ਖਿਲਾਫ਼ ਜੋ ਬਣਦੀ ਕਾਰਵਾਈ ਉਹ ਕੀਤੀ ਜਾਵੇ ਤਾਂ ਜੋ ਕਿਸੇ ਹੋਰ ਨਾਲ ਧੋਖਾ ਨਾ ਹੋ ਸਕੇ ਤੇ ਮੇਰੀ ਆਪਣੀ ਜੋ ਧੋਖੇ ਨਾਲ ਰਕਮ ਕੱਟੀ ਗਈ ਉਹ ਮੈਨੂੰ ਵਾਪਸ ਕੀਤੀ ਜਾਵੇ।